ਇਸ ਕਾਨਫਰੰਸ ਦੇ ਵਿੱਚ ਆਏ ਹੋ। ਮੇਰੇ ਨਾਲ ਦਲ ਖਾਲਸਾ ਦੇ ਪ੍ਰਧਾਨ ਹੈਗੇ ਹੈ ਚੀਮਾ ਸਾਹਿਬ ਖੱਬੇ ਬੈਠੇ, ਮਨ ਸਾਹਿਬ ਜਨਰਲ ਸੈਕਟਰੀ ਹੈ, ਅਤੇ ਸਾਡੀ ਤਜਵੀਜ਼ ਹੈ ਕਿ 14 ਤਰੀਕ ਨੂੰ ਲੁਧਿਆਣੇ ਅਸੀਂ ਇੱਕ ਬਹੁਤ ਵੱਡੀ ਰੈਲੀ ਕਰਨੀ ਹੈ। ਇੱਕ ਦਿਨ ਪਹਿਲਾਂ 15 ਅਗਸਤ ਨੂੰ ਇਹਦੀ ਜ਼ਰੂਰਤ ਤਾਂ ਪਈ ਹੈ ਕਿਉਂ ਕਰਕੇ ਘੱਟ ਗਿਣਤੀਆਂ ਦੇ ਉੱਤੇ ਬਹੁਤ ਜ਼ਿਆਦਾ ਜਬਰ ਸਾਰੇ ਪਾਸੇ ਹੁਣ ਹੋਣ ਲੱਗ ਪਿਆ ਹੈਗਾ। ਪਹਿਲਾਂ ਤਾਂ ਅਸੀਂ ਗੱਲ ਕਰੀਏ ਕਿ ਲੰਡਨ ਦੇ ਵਿੱਚ 3 ਮਹੀਨੇ ਦੇ ਵਿੱਚ ਜਿਹੜਾ ਇੰਡੀਅਨ ਹਾਈ ਕਮਿਸ਼ਨ ਹੈ ਉਹਦਾ ਘਰਾਓ ਹੋਇਆ ਸੀਗਾ। ਉਹਦਾ ਜਦੋਂ ਘਰਾਓ ਹੋਇਆ ਤਾਂ ਪ੍ਰੈਸ ਨੇ ਵੀ ਉਸਨੂੰ ਬਹੁਤ ਉਛਾਲਿਆ, ਪਰ ਉਹਦਾ ਜਿਹੜਾ ਨਤੀਜਾ ਨਿਕਲਿਆ ਇੰਡੀਆ ਤੋਂ ਬਰਤਾਨੀਆ ਦੇ ਖਿਲਾਫ ਤਾਂ ਕੁਛ ਕੀਤਾ ਨਹੀਂ ਗਿਆ, ਅਤੇ ਬਰਤਾਨੀਆ ਦੀ ਪੁਲਿਸ ਸਕੋਟਲੈਂਡ ਯਾਰਡ ਨੇ ਉਸ ਦੀ ਤਫਤੀਸ਼ ਨਹੀਂ ਕੀਤੀ ਕਿਉਂ ਕਰਕੇ ਉਹ ਪੀਸਫੁਲ ਪ੍ਰੋਟੈਸਟ ਸੀਗਾ, ਅਤੇ ਉਹਨਾਂ ਨੇ ਇਹਦਾ ਕੋਈ ਧਿਆਨ ਨਹੀਂ ਦਿੱਤਾ ਹੈ। ਫਿਰ ਆ ਕੁਛ ਦਿਨ ਹੋਏ ਹੈ, ਮੇਰਾ ਖਿਆਲ 1 ਤਰੀਕ ਨੂੰ, ਅੱਜ ਦੀ ਡੇਟ 1 ਤਰੀਕ, ਹਾਂਜੀ 31 ਜੁਲਾਈ ਨੂੰ NIA ਨੇ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਪੰਜਾਬ ਦੇ ਵਿੱਚ, ਅਤੇ ਸਰਸਾ ਜਿਹੜਾ ਹਿੰਦੁਤਵਾ ਸੂਬਾ, ਪਰ ਜਿੱਥੇ ਜਿੱਥੇ ਸਿੱਖ ਰਹਿੰਦੇ ਸੀਗੇ ਸਰਸੇ ਦੇ ਵਿੱਚ ਉੱਥੇ ਵੀ ਰੇਡਾਂ ਮਾਰੀਆਂ। ਮੇਰਾ ਕਹਿਣ ਦਾ ਮਤਲਬ ਹੈ ਕਿ ਵਾਕਿਆ ਹੁੰਦਾ ਲੰਡਨ ਦੇ ਵਿੱਚ ਅਤੇ ਵੈਰ ਕੱਢਿਆ ਜਾਂਦਾ ਸਿੱਖਾਂ ਦੇ ਉੱਤੇ, ਜੋ ਬਹੁਤ ਇੱਕ ਜਬਰ ਦੀ ਗੱਲ ਹੈ ਕਿ ਹਰਿਆਣੇ ਦੇ ਵਿੱਚ ਜੋ ਕੁਛ ਹੋਇਆ ਉੱਥੇ ਹਿੰਦੁੱਤਵਾਦੀਆਂ ਪਾਰਟੀਜ਼ ਨੇ, ਵਿਸ਼ਵ ਹਿੰਦੂ ਪਰਿਸ਼ਦ ਨੇ, ਬਜਰੰਗ ਦਲ ਨੇ, ਸ਼ਿਵ ਸੈਨਾ ਨੇ, ਗਊ ਸੇਵਕਾਂ ਨੇ, ਜੋ ਘੱਟ ਗਿਣਤੀਆਂ ਦੇ ਹਲਕਿਆਂ ਦੇ ਵਿੱਚ ਜਲੂਸ ਕੱਢੇ ਹੈ, ਖੂਨ ਖਰਾਬਾ ਹੋਇਆ, ਇੱਕ ਇਮਾਮ ਮੁਸਲਮਾਨਾਂ ਦਾ ਮਾਰਿਆ ਗਿਆ, ਮਸਜਿਦ ਜਲਾਈ ਗਈ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ IB ਹੈ, ਰੋ ਹੈ, CID ਹੈ, ਅਤੇ ਹਰਿਆਣੇ ਨੂੰ ਪਹਿਲਾਂ ਕਿਉਂ ਨਹੀਂ ਖਬਰ ਹੋਈ ਕਿ ਇਸ ਤਰ੍ਹਾਂ ਦਾ ਕੰਮ ਹੋਣਾ, ਅਤੇ ਅਸੀਂ ਇਹੋ ਜਿਹਾ ਕੰਮ ਨਾ ਕਰੀਏ। ਹੁਣ ਉਦੋਂ ਬਾਅਦ ਜਿਹੜੇ ਰੋਹਿੰਗੇ ਬਰਮਾ ਤੋਂ ਆਏ ਸੀਗੇ ਪੋਲੀਟੀਕਲ ਅਸਾਈਲਮ ਮੰਗਣ ਦੇ ਲਈ, ਉਹਨਾਂ ਦੇ ਹਰਿਆਣੇ ਦੇ ਵਿੱਚ ਸਾਰੇ ਘਰ ਢਾਏ ਗਏ ਹੈ ਬੁਲਡੋਜ਼ਰਾਂ ਨਾਲ। ਜਿਹੜੇ ਈਸਾਈ ਹੈ ਉਹ ਵੀ ਨਹੀਂ ਟਿਕੇ ਹੋਏ, ਮਣੀਪੁਰ ਦੇ ਵਿੱਚ ਉਹਨਾਂ ਦੇ ਗਿਰਜੇ ਘਰ ਸਾਰੇ ਜਲਾ ਦਿੱਤੇ ਹੈਗੇ ਹੈ। ਫਿਰ ਮਜੋਰਟੇਰੀਅਨਸ ਨੇ, ਵੱਧ ਗਿਣਤੀ ਨੇ, ਕੱਲ੍ਹ ਇੱਕ ਆਰਸਨਲ ਜਿੱਥੇ ਇਹ ਬੰਦੂਕਾਂ ਗੋਲੀਆਂ ਗ੍ਰਨੇਡਸ ਰੱਖੇ ਜਾਂਦੇ ਹੈ ਉਹਦੇ ਉੱਤੇ ਹਮਲਾ ਕਰਕੇ ਲੁੱਟ ਲਏ ਹੈ। ਜਿਹੜੀਆਂ ਘੱਟ ਗਿਣਤੀ ਦੀਆਂ ਬੀਬੀਆਂ ਸੀ ਉਹਨਾਂ ਨੂੰ ਦਿਨ ਦਿਹਾੜੇ ਨੰਗਾ ਕਰਕੇ ਪਰੇਡ ਕੀਤਾ ਗਿਆ। ਇੱਕ ਬੀਬੀ ਉਹਨਾਂ ਦੇ ਵਿੱਚੋਂ ਜਿਹੜੇ ਕਾਰਗਿਲ ਦੇ ਵਿੱਚ ਇੱਕ ਸੂਬੇਦਾਰ ਸਾਹਿਬ ਨੇ ਐਕਸ਼ਨ ਲਿਆ ਸੀ ਉਹਨਾਂ ਦੇ ਘਰ ਵਾਲੇ ਸੀਗੇ। ਇਹ ਸਾਰੀਆਂ ਚੀਜ਼ਾਂ ਪਹਿਲਾਂ ਤਾਂ ਇੱਕ ਇੱਕ ਕਰਕੇ ਹੁੰਦੀਆਂ ਸੀ ਸਿੱਖਾਂ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਜਾਂ
होर किसी फिरके दे खिलाफ हुण सारे घट गिनतियां नूं एक करके हुकूमत चिमड़ गई है ते इंसाफ किसे नूं नहीं मिल रहा। हुण फर्ज करो 5 अगस्त नूं 2019 दे विच कश्मीर दे विच जिहड़ी दफ़ा 370 सीगी 35A सी ਉਹ ਭੰਗ ਕਰ ਦਿੱਤੀ ਗਈ ਸੀਗੀ, ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀਗਾ, ਉਹਨਾਂ ਦੀ ਜਮਹੂਰੀਅਤ ਦੀ ਆਵਾਜ਼ ਅਸੈਂਬਲੀ ਨੂੰ ਭੰਗ ਕਰ ਦਿੱਤਾ ਗਿਆ ਸੀਗਾ। ਹੁਣ 5 ਅਗਸਤ 2019 ਦੇ ਵਿੱਚ ਜੋ ਕੁਛ ਇਹ ਹੋਇਆ, ਕਤਲੇਆਮ ਇੱਕ ਜਮਹੂਰੀਅਤ ਦਾ, ਇੱਕ ਵਹਿਦਿਆਂ ਦਾ, ਅਤੇ ਸੁਪਰੀਮ ਕੋਰਟ ਹੁਣ ਪਰਸੋਂ ਬੈਠੀ ਹੈ ਉਸ ਕੇਸ ਦੇ ਉੱਤੇ। ਅੰਗਰੇਜ਼ੀ ਦੀ ਕਹਾਵਤ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਹੁਣ ਮੇਰਾ ਮਤਲਬ ਸੁਪਰੀਮ ਕੋਰਟ ਕੀ ਫੈਸਲਾ ਕਰੂਗੀ, ਕਿ ਸਾਨੂੰ ਸੁਪਰੀਮ ਕੋਰਟ ਦੇ ਵਿੱਚ ਇਤਬਾਰ ਹੈਗਾ? ਜਦੋਂ ਬਬਰੀ ਮਸਜਿਦ ਦਾ ਫੈਸਲਾ ਕੀਤਾ, ਰਾਮ ਮੰਦਰ ਦਾ ਫੈਸਲਾ ਕੀਤਾ, ਰੰਜਨ ਗੋਗੋਈ ਸਾਹਿਬ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ, ਉਹਨਾਂ ਨੇ ਫੈਸਲਾ ਸੁਣਾਤਾ ਕਿ ਇਹ ਇੱਥੇ ਰਾਮ ਮੰਦਰ ਅਯੋਧਿਆ ਦੇ ਵਿੱਚ ਬਣੂਗਾ ਜਿੱਥੇ ਬਾਬਰੀ ਮਸਜਿਦ ਸੀਗੀ। ਉਸ ਤੋਂ ਬਾਅਦ ਉਹਨਾਂ ਨੂੰ ਸਿਨੇਕਿਓਰ ਰਿਸ਼ਵਤ ਦਿੱਤੀ ਗਈ ਅਤੇ ਇਸ ਸਰਕਾਰ ਬੀਜੇਪੀ ਆਰਐਸਐਸ ਨੇ ਉਹਨਾਂ ਨੂੰ 6 ਸਾਲਾਂ ਦੇ ਲਈ ਨੋਮੀਨੇਟ ਕਰਕੇ ਰਾਜ ਸਭਾ ਦੇ ਵਿੱਚ ਭੇਜਤਾ। ਹੁਣ ਮੇਰਾ ਮਤਲਬ ਹੈ ਕਿ ਇਸ ਤਰ੍ਹਾਂ ਰਿਸ਼ਵਤਾਂ ਦੇ ਕੇ, ਇਸ ਤਰ੍ਹਾਂ ਕਰਕੇ ਜੇ ਆਪਾਂ ਆਪਣੇ ਹੱਕ ਦੇ ਵਿੱਚ ਫੈਸਲੇ ਕਰਾਵਾਂਗੇ ਤਾਂ ਫਿਰ ਜਮਹੂਰੀਅਤ ਕਿਵੇਂ ਰਹੂੰਗੀ? ਮੈਂ ਮੈਂਬਰ ਪਾਰਲੀਮੈਂਟ ਹੈ ਅਤੇ ਆ ਮੌਨਸੂਨ ਸੈਸ਼ਨ ਪਾਰਲੀਮੈਂਟ ਚੱਲਣ ਹੀ ਨਹੀਂ ਦਿੱਤੀ ਹੈਗੀ, ਨਾ ਸਪੀਕਰ ਸਾਹਿਬ ਕੁਛ ਕਰਦੇ ਹੈ, ਨਾ ਉਹ ਲੀਡਰ ਆਫ ਦ ਟ੍ਰੇਜਰੀ ਬੈਂਚਸ ਮੋਦੀ ਸਾਹਿਬ ਨੂੰ ਬੁਲਾਉਂਦੇ ਹੈ, ਲੀਡਰ ਆਫ ਦੀ ਓਪੋਜੀਸ਼ਨਸ ਨੂੰ ਬੁਲਾਉਂਦੇ ਹੈ ਕਿ ਇਹ ਪਾਰਲੀਮੈਂਟ ਕਿਵੇਂ ਚੱਲੇ। ਹੁਣ ਪਾਰਲੀਮੈਂਟ ਚੱਲ ਰਹੀ ਹੈ, ਜਿਹੜੇ ਕਾਨੂੰਨ ਅਤੇ ਬਿੱਲ ਹੈਗੇ ਹੈ ਉਹ ਬਗੈਰ ਕਿਸੇ ਡਿਬੇਟ ਤੋਂ, ਕਿਸੇ ਬਹਿਸ ਤੋਂ ਉਹ ਸਾਰੇ ਪਾਸ ਕੀਤੇ ਜਾ ਰਹੇ ਹੈ। ਮੇਰਾ ਮਤਲਬ ਹੈ ਕਿ ਜਮਹੂਰੀਅਤ ਦੇ ਵਿੱਚ ਜਿੰਨਾ ਚਿਰ ਬਹਿਸ ਨਹੀਂ ਹੋਊਗੀ ਪਾਰਲੀਮੈਂਟ ਦੇ ਵਿੱਚ ਅਤੇ ਉਹ ਕਿਵੇਂ ਠੀਕ ਮੰਨੇ ਜਾਣਗੇ। ਫਿਰ ਜੇ ਰਿੰਕੂ ਜੀ ਨੇ, ਮੈਂਬਰ ਪਾਰਲੀਮੈਂਟ ਜਲੰਧਰ ਤੋਂ ਹੈ, ਉਹਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੂੰ ਸਪੀਕਰ ਸਾਹਿਬ ਨੇ ਸਸਪੈਂਡ ਕਰਤਾ ਮੌਨਸੂਨ ਸੈਸ਼ਨ ਦੇ ਲਈ। ਉਸ ਤੋਂ ਪਹਿਲਾਂ ਜਦੋਂ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਈ ਹੈ, ਸਪੀਕਰ ਸਾਹਿਬ ਨੇ 2 ਮਿੰਟਾਂ ਵਿੱਚ ਰਾਹੁਲ ਗਾਂਧੀ ਦੀ ਐਮਪੀਸ਼ਿਪ ਖਾਰਜ ਕਰਤੀ ਅਤੇ ਉਹਦਾ ਜਿਹੜਾ ਘਰ ਬਾਰ ਸੀ ਔਰਡਰ ਦੇ ਤੇ ਕਿ ਉਹਨੂੰ ਖਾਲੀ ਕਰ ਦਿਉ। ਮੇਰਾ ਕਹਿਣ ਦਾ ਮਤਲਬ ਹੈ ਕਿ ਇੰਨੀ ਜਲਦੀ ਦੀ ਲੋੜ ਕੀ ਹੈ? ਜਦੋਂ ਸਪੀਕਰ ਸਾਹਿਬ ਅਤੇ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਪਾਰਲੀਮੈਂਟ ਨੂੰ ਚਲਾ ਹੀ ਨਹੀਂ ਸਕਦੇ, ਨਾ ਤੁਹਾਡੀ ਜ਼ਹਿਨ ਦੇ ਵਿੱਚ ਪਾਰਲੀਮੈਂਟ ਹੈ, ਨਾ ਹਿੰਦੁੱਤਵਾ ਦੀ ਹਿਸਟਰੀ ਦੇ ਵਿੱਚ ਪਾਰਲੀਮੈਂਟ ਹੋਈ ਹੈ, ਅਤੇ ਹੁਣ ਤੁਸੀਂ ਇਸ ਮੌਕੇ ਦੇ ਉੱਤੇ ਪਾਰਲੀਮੈਂਟ ਨੂੰ ਵੀ ਖਤਮ ਕਰਤਾ। ਸਿੱਖਾਂ ਦੀ ਪਾਰਲੀਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ 1925 ਦੇ ਵਿੱਚ ਕਾਨੂੰਨ ਦੇ ਰਾਹੀਂ ਇਹ ਪੈਦਾ ਕੀਤੀ ਗਈ ਸੀਗੀ। ਇਹਦੇ 12 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਹੋ ਰਹੇ ਕਿ ਸਿੱਖਾਂ ਨੂੰ ਬਿਲਕੁਲ ਤੁਸੀਂ ਜਮਹੂਰੀਅਤ ਤੋਂ ਵਾਂਝੇ ਕਰ ਦਿੱਤਾ ਅਤੇ ਰੇਡਾਂ ਮਾਰੀਆਂ ਸਾਡੇ ਉੱਤੇ। ਮੇਰੇ ਘਰ ਪੁਲਿਸ ਵੀ ਆ ਗਈ ਸੀਗੀ ਕਿ ਪੁੱਛਣ ਇੱਥੇ NIA ਦੀ ਟੀਮ ਆਈ ਹੈ, ਮੇਰੇ ਸੈਕਟਰੀ ਕਹਿੰਦੇ ਨਹੀਂ ਇੱਥੇ ਤਾਂ ਨਹੀਂ ਆਈ ਹੈ, ਪਰ ਨਿਸ਼ਾਨਾ ਤਾਂ ਮੇਰੇ ਉੱਤੇ ਵੀ ਸੀਗਾ। ਹੁਣ ਜਦੋਂ ਅਸੀਂ ਜੋ ਕੁਛ ਲੰਡਨ ਦੇ ਵਿੱਚ ਹੋਇਆ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ,
ਸਾਡੀ ਉਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੈ ਅਤੇ ਤੁਹਾਡਾ ਜ਼ੋਰ ਬਰਤਾਨੀਆ ਦੇ ਖਿਲਾਫ ਚੱਲਦਾ ਨਹੀਂ ਅਤੇ ਜਿਹੜੇ ਸਟੇਟਲੈਸ ਸਿੱਖਸ ਹੈਗੇ ਹੈ ਉਹਨਾਂ ਦੇ ਉੱਤੇ ਹੀ ਤੁਸੀਂ ਇਹ ਆਪਣਾ ਰੋਹਬ ਜਮਾਉਣਾ ਅਸੀਂ ਸਿੱਖ ਹੈ ਅਸੀਂ ਬਿਲਕੁਲ ਇਹੋ ਜਿਹੀ ਚੀਜ਼ ਮਾਫ਼ ਨਹੀਂ ਕਰਦੇ ਹੈਗੇ ਅਸੀਂ ਇੱਜ਼ਤ ਦੇ ਨਾਲ ਰਹਿਣਾ ਚਾਹੁੰਦੇ ਹਾਂ ਸਾਡੇ ਨਾਲ ਤੁਹਾਡੇ ਬਜ਼ੁਰਗਾਂ ਨੇ ਗਾਂਧੀ ਨਹਿਰੂ ਨੇ ਵਾਅਦੇ ਕੀਤੇ ਸੀ ਕਿ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਮੰਨ ਸਕੋ ਮਾਣ ਸਕੋ ਨਿੱਘ ਮਾਣ ਸਕੋ ਪਰ ਇਸ ਤਰ੍ਹਾਂ ਕਦੇ ਬਲੂ ਸਟਾਰ ਕਰਾਤਾ ਕਦੇ ਰਾਜੀਵ ਗਾਂਧੀ ਨੇ ਨਸ਼ਲ ਕੁਰਸੀ ਕਰਾਤੀ ਉਹ ਟਾਈਟਲਰ ਨੂੰ ਫੜਨਾ ਸੀਗਾ ਉਹਨੂੰ ਵੀ ਜ਼ਮਾਨਤ ਦੇਤੀ ਜਿਹੜਾ ਮੁਜਰਮ ਹੈਗਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਸਰਸੇ ਦਾ ਸਾਧ ਉਹਨੂੰ ਪੇਰੋਲ ਦਿੱਤੀ ਜਾ ਰਹੀ ਹੈ ਅਤੇ ਜਿਹੜੇ ਬਾਦਲ ਅਤੇ ਸਮੇਤ ਸੈਣੀ ਰਿਸਪੋਂਸਿਬਲ ਹੈ ਉਹਨਾਂ ਨੂੰ ਫੜਿਆ ਹੀ ਨਹੀਂ ਜਾ ਰਿਹਾ ਮੇਰਾ ਮਤਲਬ ਹੈ ਕਿ ਅਸੀਂ ਕਿੱਥੇ ਜਾ ਸਕਦੇ ਹਾਂ ਹਰਿਆਣੇ ਦਾ ਬੜਾ ਅਫਸੋਸ ਹੈ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਇਹ ਖਤਰਨਾਕ ਜਥੇਬੰਦੀਆਂ ਇਸ ਤਰ੍ਹਾਂ ਦਾ ਕੰਮ ਕਰਨਗੀਆਂ ਫਿਰ ਉਹਨਾਂ ਨੂੰ ਜਲੂਸ ਕਿਉਂ ਕੱਢਣ ਦਿੱਤਾ ਇਹਦਾ ਤਾਂ ਜ਼ਿੰਮੇਵਾਰ ਬਣਨਗੇ ਇਹਨਾਂ ਦੀ ਸਲਾਹ ਸੀ ਕਿ ਜੇ ਜਲੂਸ ਕੱਢ ਕੇ ਮੁਸਲਮਾਨਾਂ ਦੇ ਉੱਤੇ ਹਮਲੇ ਕਰ ਦਈਏ ਇਸ ਲਹਿਰ ਨੂੰ ਅਸੀਂ ਯੂਪੀ 'ਚ ਜੱਟਾਂ ਦੇ ਵਿੱਚ ਵੈਸਟ ਯੂਪੀ 'ਚ ਲੈ ਦਈਏ ਪਰ ਜੱਟਾਂ ਨੇ ਬਹੁਤ ਐਤਕੀ ਸਬਰ ਦਿਖਾਇਆ ਉਹ ਇਹਨਾਂ ਦੇ ਨਾਲ ਰਲੇ ਨਹੀਂ ਜਿਹੜੇ ਇਹ ਟ੍ਰੇਡਰਸ ਨੇ ਅਤੇ ਜਿਹੜੇ ਇਹ ਦੁਕਾਨਦਾਰ ਹੈ ਜਿਨ੍ਹਾਂ ਦੀ BJP ਅਤੇ RSS ਇੱਕ ਪਾਰਟੀ ਹੈਗੀ ਹੈ ਇੱਕ ਬਿੱਟੂ ਬਜਰੰਗ ਹੈ ਮੋਨੋ ਮਾਨੈਸਰ ਹੈ ਇਹਨਾਂ ਨੇ ਸਾਰਾ ਕੁਛ ਮੁਸਲਮਾਨਾਂ ਦੇ ਖਿਲਾਫ ਕੀਤਾ ਜੇ ਕੋਈ ਗਊ ਨੂੰ ਹੱਕੀ ਜਾਵੇ ਤਾਂ ਉਹਨੂੰ ਦੋ ਮੁਸਲਮਾਨਾਂ ਨੂੰ ਫੂਕਤਾ ਇਹਨਾਂ ਦੋਨਾਂ ਨੇ ਮੇਰਾ ਮਤਲਬ ਕਿੱਥੇ ਮੁਸਲਮਾਨ ਰਹੂ ਕਿੱਥੇ ਸਿੱਖ ਕਿੱਥੇ ਇਸਾਈ ਅਜੇ ਜੈਨੀ ਤਾਂ ਬੁੱਧ ਬਚੇ ਪਏ ਹੈ ਪਰ ਜਿਹੜਾ ਸਭ ਤੋਂ ਵੱਡਾ ਮੱਠ ਹੈ ਬਦਰੀਨਾਥ ਹੁਣ ਬੁੱਧ ਵੀ ਕਹਿਣ ਲੱਗ ਪਏ ਕਿ ਇਹ ਤਾਂ ਸਾਡਾ ਮੱਠ ਸੀਗਾ ਪਹਿਲਾਂ ਅਤੇ ਬਦਰੀਨਾਥ ਦੇ ਉੱਤੇ ਸ਼ੰਕਰਾਚਾਰੀਆ ਨੇ ਹਮਲਾ ਕਰਕੇ ਕੈਪਚਰ ਕੀਤਾ ਹੋਇਆ ਸਾਰੇ ਪਾਸੇ ਰੌਲੇ ਪਾਤੇ ਹੈ ਫਿਰ ਸਾਡੇ ਸਿੱਖ ਐਕਟਿਵਿਸਟ ਜਿਹੜੇ ਬਾਹਰ ਰਹਿੰਦੇ ਹੈ ਉਹਨਾਂ ਨੂੰ ਮਰਵਾਤ ਹੈ ਬਦਲੇ ਦੀ ਭਾਵਨਾ ਦੇ ਨਾਲ ਇੱਕ ਸਰਦਾਰ ਅਵਤਾਰ ਸਿੰਘ ਖੰਡਾ ਹੈਗਾ ਫਿਰ ਸਰਦਾਰ ਪਰਮਜੀਤ ਸਿੰਘ ਪੰਜਵਾੜ ਹੈ ਫਿਰ ਹਰਦੀਪ ਸਿੰਘ ਨਾਗਰਾ ਨਿੱਜਰ ਸਾਹਿਬ ਹੈ ਰਿਪੂ ਦਮਨ ਸਿੰਘ ਮਲਿਕ ਹੈ ਦੀਪ ਸਿੰਘ ਸਿੱਧੂ ਹੈ ਮੂਸੇਵਾਲ ਹੈ ਅਤੇ ਧਿਰਨ ਭਗਤ ਹੈ ਇੱਕ ਜਰਨਲਿਸਟ ਸੀਗਾ ਧਿਰਨ ਭਗਤ ਉਹ ਮਰਵਾਤੇ ਹੈ ਉਹਦੀ ਹੁਣ ਤਫਤੀਸ਼ ਕੌਣ ਕਰੂਗਾ ਕਿ ਜਿਹੜੇ ਬੰਦਿਆਂ ਨੇ ਮਰਵਾਇਆ ਉਹ ਤਫਤੀਸ਼ ਕਰ ਸਕਣਗੇ ਜਿਵੇਂ ਰੂਸ ਦਾ ਬੰਦਾ ਇੱਕ ਲੈਫਟੀਨੈਂਟ ਕਰਨਲ ਇਹ ਡਿਫੈਕਟ ਹੋ ਕੇ ਬਰਤਾਨੀਆ ਗਿਆ ਸੀਗਾ ਉਹਨੂੰ ਜ਼ਹਿਰੀਲੀ ਦਵਾਈ ਦੇ ਕੇ ਉਹਨੂੰ ਪਮਾਨਾ ਕਹਿੰਦੇ ਆ ਪੁਲਮਾਨਾ ਇੱਕ ਬਹੁਤ ਜ਼ਹਿਰੀਲੀ ਯੂਰੇਨੀਅਮ ਤੋਂ ਚੀਜ਼ ਹੈ ਜਿਹੜੀ ਸਿੱਕਰੀ ਦੇ ਤੁਪਕੇ ਤੋਂ ਵੀ ਜੇ ਛੋਟੀ ਹੈ ਉਹ ਮੂੰਹ 'ਚ ਚਲੀ ਜਾਏ ਤਾਂ ਕੈਂਸਰ ਹੋ ਜਾਂਦਾ ਇਹਨੂੰ ਅਵਤਾਰ ਸਿੰਘ ਨੂੰ ਤਾਂ ਕੈਂਸਰ ਕਰਕੇ ਇਹਨੂੰ ਇਹ ਮਾਰੇ ਇਹਦੇ ਮੰਮੀ ਕਹਿੰਦੇ ਹੈ ਇਹਦੀ ਭੈਣ ਕਹਿੰਦੀ ਹੈ ਉੱਥੋਂ ਦੇ ਸਾਡੇ ਸਿੱਖ ਕਹਿੰਦੇ ਹੈ ਇਹਨੇ ਤਾਂ ਕਦੇ ਕੈਂਸਰ ਦੇ ਇਲਾਜ ਦੇ ਲਈ ਕਦੇ ਗਿਆ ਹੀ ਨਹੀਂ ਫਿਰ ਕੈਂਸਰ ਇੱਕ ਬਿਮਾਰੀ ਹੈ ਜਿਹੜਾ ਦੋ ਸਾਲ ਚੱਲਦੀ ਹੈ ਅਤੇ ਇੱਕਦਮ ਕਿਵੇਂ ਮਰ ਗਿਆ ਫਿਰ ਇਹ
सानू पूरा शक है कि ये जेड़ी चीज़ा ने कराया है इन्हां दा असी जवाब लवांगे जदों मौका आया। कदे एप्सपा कश्मीर दे विच लग्या होया किसी भी मुसलमान नू फौज फड़ के मार दवे ओदियां बीबियां दे उत्ते जबर जनाह करा दे उन्हां नू फट्टड़ कर दे कोई उन्हां दे उत्ते केस नहीं हुंदा। हुण सुप्रीम कोर्ट ते हाई कोर्ट संविधान दियां चौकीदारा करदी है। संविधान की एक धारा कहती है 21 कि नो परसन विल बी डिप्राइव्ड ऑफ हिज लाइफ एंड लिबर्टी विदाउट द प्रोसीजर लेड डाउन बाय लॉ। एक किन्ने कहा है कि बगैर अदालत की कार्रवाई तो बगैर पुलिस ते फौज घट गिनतियां नूं मार सकती है, इन्हां नूं कानून दे अगे क्यों नहीं लेके आए। ये सारे साढ़े रांझे यूपीए लाता है, फिर साढ़े 32-32 साल तो सिख जेलां दे विच बैठे है, फिर दिबड़ूगढ़ भेज दिते है सिख। मेरा कहने का मतलब उन्होंने खिलाफ चार्ज की है, वो सिखा दे उत्ते तो चार्ज ही नहीं लाया, सिर्फ उन्होंने उत्ते सिक्योरिटी एक्ट लाता है, कोई दफा नहीं कानून की लगाई हुई। सो इस तरह तो जी असं बहुत दुखी हैं। बाकी चीमा साहब साढ़े प्रधान है दल खालसा तो ये दस देंगे तो जो कुछ असी 24 नूं करना है 14 नूं करना है लुधियाने वो साढ़े मन साहब दस देंगे। आ चीमा साहब हुण तुहाडे नाल गल करनगे। मार्च महीने तो ही जिहड़ियां हिंदुस्तान दियां एजेंसियां ने NIA CBI ये लगातार ही उन्हां वीरां दे उत्ते उन्हां दे घरां दे विच छापे मारदी आ रहे आ, जिहड़े नौजवान जां जिहड़े सिख खालिस्तान दे नाल समर्थक ने जां खालिस्तान दे नाल डेमोक्रेटिक तरीके दे नाल खालिस्तान दी लड़ाई जिहड़ी लड़ रहे आ बाहर विदेशां दे विच, जिहड़ी एक जथेबंदी आ अमरीक सिंह गिल जिन्हां दे प्रधान ने सिख यूथ फैडरेशन, उन्हां दे जनरल सैकटरी ने चेहेड़ू साहब, इन्हां दोनों दे घरां दे विच उत्थे भी छापे मारे गए और इत्थे भी छापे मारे गए। इत्थे उन्हां दे भरावां तों बुरे तरीके दे नाल पुछगिछ की गई, असीं उन्हां नूं टैलीफोन दे उत्ते गल पुछी है, चेहेड़ू साहब नूं भी गिल साहब नूं भी की गल हुई है। उन्होंने कहा कि इन्होंने बुरे तरीके दे नाल ਸਾਡੇ ਭਰਾਵਾਂ ਨੂੰ ਸਾਡੇ ਘਰਾਂ ਦੇ ਵਿੱਚ ਆਣ ਕੇ ਇਹਨਾਂ ਨੇ ਡਰਾਇਆ ਕਿ ਤੁਸੀਂ ਜਿਹੜੇ ਤੁਹਾਡੇ ਭਰਾ ਬਾਹਰ ਵਿਦੇਸ਼ਾਂ ਦੇ ਵਿੱਚ ਸਪੋਰਟ ਕਰ ਰਹੇ ਆ ਖਾਲਿਸਤਾਨ ਦੀ, ਇਹ ਅਸੀਂ ਨਹੀਂ ਹੋਣਾ। ਇੱਦਾਂ ਦੇ ਕੁਐਸਚਨ ਇਹਨਾਂ ਨੇ ਪੁੱਛੇ ਕਿ ਜਿਹਦਾ ਸਿੱਧਾ ਮਤਲਬ ਇਹ ਸੀ ਕਿ ਖਾਲਿਸਤਾਨ ਦੀ ਸਪੋਰਟ ਆ ਜਿਹੜੀ ਉਹ ਛੱਡ ਦਿੱਤੀ ਜਾਵੇ। ਸੋ ਇਹ ਇੱਕ ਤਰੀਕੇ ਦੇ ਨਾਲ ਇੱਥੇ ਵੀ ਦੇਸ਼ਾਂ 'ਚ ਵੀ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਪਰਿਵਾਰਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਆਪਣਾ ਡੈਮੋਕਰੇਟਿਕ ਤਰੀਕੇ ਦੇ ਨਾਲ ਵੀ ਹੋਰ ਵੀ ਜਿਹੜਾ ਵੀ ਸਕੰਜਾ ਇਹਨਾਂ ਤੋਂ ਵਰਤਿਆ ਜਾ ਸਕਦਾ ਇਹ ਉਹ ਵਰਤਦੇ ਹੈਗੇ ਆ। ਆ ਮਾਤਾ ਸਿੰਘ ਖੰਡੇ ਦੀ ਮਾਨ ਸਾਹਿਬ ਨੇ ਕਿਹਾ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਹੋ ਗਈ, ਸ਼ਹੀਦ ਹੋ ਗਿਆ ਉਹ ਆਪਣਾ ਇੰਗਲੈਂਡ ਦੇ ਵਿੱਚ। ਉਹਦੀ ਮਾਤਾ ਨੂੰ ਉਹਦੀ ਭੈਣ ਨੂੰ ਇਹਨਾਂ ਨੇ ਸੰਸਕਾਰ ਦੇ ਉੱਤੇ ਵੀਜ਼ਾ ਤੱਕ ਨਹੀਂ ਦਿੱਤਾ ਹੈਗਾ। ਸੋ ਡੈਮੋਕਰੇਟਿਕ ਤਰੀਕੇ ਦੇ ਉੱਤੇ ਜਿਹੜੇ ਵੀ ਕੋਈ ਸਕੰਜੇ ਇਹਨਾਂ ਤੋਂ ਯੂਜ਼ ਹੁੰਦੇ ਆ ਇਹ ਉਹਨਾਂ ਨੂੰ ਵਰਤ ਰਹੇ ਆ। ਸੋ ਇਹਨਾਂ ਸਾਰੀਆਂ ਹੀ ਜਿਹੜੀਆਂ ਕੁਤਾਹੀਆਂ ਇਹ ਕਰ ਰਹੇ ਆ ਜਾਂ ਸਾਡੇ ਉੱਤੇ ਤਸ਼ੱਦਦ ਦੇ ਜਿਹੜੇ ਕਰ ਰਹੇ ਆ, ਅਸੀਂ ਇਹਦੇ ਵਿਰੁੱਧ ਹਰੇਕ 15 ਅਗਸਤ ਨੂੰ 26 ਜਨਵਰੀ ਨੂੰ ਆਪਣੀ ਆਵਾਜ਼ ਆ ਜਿਹੜੀ ਉਸ ਤਰੀਕੇ ਦੇ ਨਾਲ ਵਧਾਉ ਕਰਦੇ ਆ ਰਹੇ ਹਾਂ, ਪ੍ਰੋਟੈਸਟ ਕਰਦੇ ਆ ਰਹੇ ਹਾਂ ਔਰ ਇਹ ਕਰਦੇ ਆ ਰਹੇ ਹਾਂ ਕਿ ਅਸੀਂ ਮਤਲਬ ਇਸ ਬਿਲਕੁਲ ਵੀ ਇਹਦੇ ਨਾਲ ਸਹਿਮਤ ਨਹੀਂ ਹੈ। ਹਿੰਦੁਸਤਾਨ ਦੀ ਆਜ਼ਾਦੀ ਨਾਲ ਅਸੀਂ ਸਹਿਮਤ ਨਹੀਂ, ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ, ਇਹ ਕਾਲਾ ਦਿਨ ਹੈ। ਅਸੀਂ ਘੱਟ ਤੋਂ ਘੱਟ ਵੀ ਦੋਨੇ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ
दसा साल घट्टो घट भी ये जिहड़ा प्रोटेस्ट है काला दिन के तौर के उत्ते असीं मनाउंदे आ रहे हैं। और ऐतकी भी आ जिन्ने मान साहब ने तुहानूं दसे ने जिन्हें इन्होंने तशद्द साडे ते जिस तरीके दे नाल कर रहे हैं उन्हां सारयां दे विरोध असीं 14 तरीक नूं दूख नवान साहब गुरद्वारे तो शाम के 3 बजे असीं उत्थों अपना मार्च है जिहड़ा वो रखिया लुधियाणे सिटी दे विचों और असीं दोनों जथेबंदियां पूरे तरीके दे नाल प्रोटेस्ट अपना करांगे और तां कि मतलब इन्हां नूं असीं हिंदुस्तान दी कौम इंदे हिंदुस्तान दीआं एजेंसियां दे असीं कद घट तों घट भी खड़े कर सकीए इन्हां नूं जगा सकीए इन्हां नूं कि इह किधर नूं डेमोक्रेटिक कंट्री दे विच जिहड़ा अपने आप नूं इह दसदे आ ते किधर नूं जा रहे आ। सो इन्हां सारियां ज्यादतियां दे विरुद्ध साडा 14 तरीक दा जिहड़ा मार्च है मेन साडा जिहड़ा अज दा इत्थे प्रैस कॉन्फ्रेंस करन दा काम सीगा मौका सीगा उह इही सीगा कि असी तुहानूं आप जी नूं दस्सिया जावे कि 14 तरीक नूं जिहड़ी है वह कॉन्फ्रेंस असी मार्च कर रहे हैं लुधियाने दे विच। मन साहब हुण दस्सणगे हुण मन साहब बोलणगे साडे जनरल सैकटरी दल खालसा दे वाहिगुरू जी का खालसा वाहिगुरू जी की फतेह। मेरे तो पहला सरदार सिमरनजीत सिंह मान ते दल खालसा के प्रधान हरपाल सिंह चीमा जी उन्होंने तुहानूं ब्रीफ दे विच दस दिता है कि जिहड़ा एक 14 तरीक का प्रोग्राम दल खालसा ते श्रोमणी अकाली दल अमृतसर वालों लुधियाने विच कीता जाणा है जिहड़े मेन इशूज़ असी लए आ। हालांकि साडा यह मनना है कि पिछले 75 सालों तो जदों तो इंडिया आज़ाद होया है उदों तो ही जिहड़े साडे नाल वादे कीते गए सीगे ते जिहड़ा साडा इन्हां दे नाल जुड़िया आ पास्ट आ जिहड़ा लंघिया आ वह कंप्लीट ब्रोकन प्रोमिसिस दा आ बिट्रायल्स दा आ साडे नाल धोखे होए ने पैर पैर ते चाहे वह साडे सूबे नूं लैके होए ते चाहे एज ए सिख कौम नूं वेख्या जावे ते उहदे मुताबक होए चाहे पंजाब दे पाणी खोणे होण चाहे पंजाब दे पंजाबी बोलदे इलाके खोणे होण। सो सूबे दीआं जिहड़ियां अलग अलग पावरस आ उहनां नूं दिनों दिन जिहड़ा घटाउणा केंद्र वल्लों वह भी लगातार जारी आ और एज ए कौम सिख कौम दे उत्ते जिहड़ियां जातियां ने वह भी साडे सारिआं दे सामणे ने। इस वार जिहड़ा ये प्रोटेस्ट कीता जाणा उहदे विच कुझ अहम मुद्दे जिहड़े असीं लए आ उहदे विचों ने सब तो पहला है मैडलिंग ऑफ स्टेट इन रिलीजियस अफेयरस जिहड़ा ही वार वार किसी भी स्टेट वल्लों चाहे वह केंद्र आ ते चाहे पंजाब सरकार आ वो जदों किसी के भी धार्मिक मामलों के बेलोड़ी दखलअंदाजी करती है चाहे उन्होंने जिहड़ा आने वाला यूनिफॉर्म सिविल कोड आ वह लै लिया जाए जे असीं सिखां दे मामले दे विच वेखणा वी जिहड़ा गुरद्वारा सोध बिल पंजाब सरकार ने भी प्रपोज किया यह वेख्या जाए। सो इहो जे होर भी बहुत सारे इशूज़ ने जिवें श्रोमणी कमेटी दी इलैक्शन की गल हुई आ भी उन्होंने भी सीधा सीधा स्टेट ने अपने अधीन रख्या आ। सो वो एक अहम इशू साडा हैगा जिहड़ी स्टेट की दखलअंदाजी आ धार्मिक मसलों के साडे उहदे विरोध दे विच कीता जाएगा। इस तो इलावा जिहड़े काले कानून चाहे UAPA चाहे NSA ला के पंजाब के नौजवानों नूं पिछले तकरीबन 4 महीनों तो पूरे भारत दीआं अलग अलग जेलों के डक्या होया आ उन्हां दी खज्जल खुआरी की जा रही है उहदे विरोध दे विच कीता जाएगा। और जिवें बंदी सिंघां दी गल हुई आ कि बाकी वेखो पोलीटिकल प्रिजनर्स जिहड़े ने उह जिहड़ियां वी कौमां लड़दियां उहनां दे बणदे ने असीं इह गल मानदे हाँ बट उन्हां नूं पोलीटिकल प्रिजनर्स नूं जिस तरीके दे नाल इंडिया ट्रीट करदा आ वह अपने ही लॉस नूं वायलेट करदा है जिहड़े उहदे अपने कानून ने उहनां दे मुताबक ही जदों उह उहनां दीआं सजावां पूरियां हो चुकियां ने उहदे बावजूद भी उहनां नूं जेलां 'च रख्या आ। और ईवन जिहड़ा अपना नरेंद्र मोदी का 2019 का नोटिफिकेशन है उहदी भी वायोलेशन इन्हां ने लगातार जिहड़ी आ कंटिन्यू रखी हुई है होम मिनिस्ट्री जिहड़ी आ उहनां दी रिहाई तो लगातार मुनकर हो रही है। सो उहनां दा इशू भी जिहड़ा इहदे विच लिया जाएगा जिवें इत्थे मेरे तो पहलां दस्सिया गया कि जिहड़ियां खालिस्तानी धिरां ने जां जिहड़े खालिस्तानी आगू ने जां जिहड़े कारकुन ने उहनां नूं NIA वल्लों वार वार छापेमारी करके उहनां नूं भयभीत किया जा रहा और कल्ला उहनां तक ही सीमित नहीं रहे जिवें भाई अमरीक सिंह गिल और कुलदीप सिंह चहेड़ू जिहड़े कि UK दे विच बैठे ने उहनां नूं जिहड़ा UK एम्बैसी दे बाहर जिहड़ा प्रोटेस्ट होया सी उहदे विच जोड़ के उहनां दा नाम और उहनां दे परिवार जिहड़े पंजाब च बैठे ने उहनां दे घरां दे विच छापेमारी की गई। और कल्ली गल छापेमारी ते नहीं रहिंदी इह इंडियन स्टेट इह तों वी अग्गे जांदी आ उह कित्थे जांदी आ कि जे उह घरां दे विच आ के पुछ पड़ताल करदे ने जदों नहीं कुछ निकलदा उहदे बावजूद परिवारां दे मोबाइल फोन लै जांदे ने और उहनां नूं कहिंदे ने तुसीं दिल्ली आओ जदों कुछ निकल ही नहीं रहा तुसीं आप उन्हां दे घर जाके सारी फोला फलाई कर ली है कोई तुहानूं डॉक्यूमेंट जां कोई भी इहो जिही चीज़ नहीं मिली
उसके बावजूद तुम उन्होंने एक प्राइवेसी वाला जो पुरजा है फोन उन्होंने तुम अपने कब्जे च लै लेंगे और उन्होंने कहते हो दिल्ली आओ। सो यह जरा उन्होंने भयभीत करना उन्होंने प्राइवेसी के उत्ते इनडायरैक्टली मैं कहूँगा कि हमला करना जो उन्होंने मोबाइल फोन लैके जाने ये इनवॉल्व ने और उन्होंने परिवार को एक तरीके ये कहा जा रहा है बेशक वो मूँह ना कह बट उन्हों की भावना यो ही आ जिमें तो बाकी भरा बहर बैठे ने तो असं हम पंजाब नहीं जीन देना तुम भी अपनी मदरलैंड छोड़ो तो इतों जाओ। सो सानू मजबूर किया जा रहा इन्होंने चीज़ों के लिए इतने जोड़े परिवार जिन्हों का उन्होंने उस मूवमेंट के नाल शायद कोई सीधा सीधा लेन देन बना हो भी जोड़ के जरा तंग परेशान किया जा रहा। सो ये सारिया चीज़ा जीडिया वा उस प्रोटेस्ट का मेन हिस्सा होनगियां चाहे एन आई ए की टोटल जी कार्रवाई आ उन्होंने ही असी ये रखांगे और जी स्टेटली मैडलिंग आ कल सिख अफेयरस के नहीं जिम्मे मैं क्या यूनीफॉर्म सिविल कोड चाहे मुसलमाना का मसला हो चाहे कोई होर होनू भी रखा जाए जी मणिपुर के जी इस टाइम वॉयलेंस चलती पई है वो विरोध के भी किए जाएगा जिस तरीके वूमेंस न ट्रीट किया गया असं सारे ने पिछले दिनों वेख्या। सो वो एक शेमफुल फेस है इंडियन स्टेट का असं कहोंगे कि वह एक घिनौनी हरकत जी हुई उसके बावजूद प्राइम मिनिस्टर उस दे उत्ते बोलन लग गया किन्ने दिन लग गए तुहाडे सारे दे सामने। सो दिस इज़ द करैक्टर ऑफ द इंडियन स्टेट कि वो अपने घर के इन्ना कुछ हो रहा है बट इन्हों की पई है कि असं बाहर जाके कि प्राइम मिनिस्टर के नाल मिलना जां कि प्रेजिडेंट के नाल मिलना। सो अपना घर छड के जो यह चीज़ा वेखदा मतलब तुसी यू आर नॉट सीरीयस अबाउट यूर ओन हाउस कि तुस अपने घर के बारे तुहानू अजे जिहड़ा जिहड़ा रौला पिया वो तुसी सांभिया नहीं और तुसी बाकी सारे मुल्कां दे नाल जिहड़ा टाई अप कर। सो मणिपुर दे विच जिहड़ी घटनावां वापरियां वो भी इस प्रोटेस्ट का जिहड़ा वा हिस्सा रहणगियां। सो ये सारे इशूज़ असी जिहड़े आ वह 14 तरीक के प्रोटेस्ट के मेन इशूज़ लए ने इहदे अलावा ये जिहड़ी साडी लिस्ट आ इशूज़ दी एंडलैस आ बट मेनली असी ये जिहड़े 4-5 इशूज़ ने उन्होंने हाईलाइट करांगे और असी पंजाब वासियां नूं भी अपील करांगे कि एज ए नेशन मैं तो कहना कई हो सकता है गल मेरा पॉइंट अजीब लगे क्योंकि दल खालसा श्रोमणी अकाली दल अमृतसर एक सॉवरन पंजाब की लड़ाई लड़ती है और असं ये बिलीव करते हैं कि पंजाब एक मुल्क सी है और यह रहेगा बेशक ये उत्ते कब्जा किसी का भी हो। सो उस चीज़ में एज ए नेशन भी पंजाब नूं इंडियन जेडे डेज ने उन्होंने इंडिपेंडेंस डे का जो बाइकाट करना चाहिए इनू असं ब्लैक इंडिपेंडेंस डे के तौर के उत्ते मानते हैं ये साडे लई कोई आजादी वाली गल नहीं गी। सो लोगों असी गल अपील करते हैं कि 15 तरीक के जश्नों तो जोड़ा है वह दूर रहन और 14 तरीक शाम को लुधियाने गुरद्वारा दुख निवारण साहब तो शामी 3 बजे एक प्रोटेस्ट मार्च इन दोवों पार्टियां के कारकुनों वालों किया जाएगा जोड़ा शहर के घूमता आ जोड़ा जगराओं भोलिया वो उत्ते आके समाप्त होएगा। सो इदों इलावा जिहड़ी इह जानकारी आ जिहड़ी 14 तरीक दी मैं तुहानू सारिआं नूं देती आ। सो जे किसी का कोई सवाल होवे तां उह असीं लै सकदे हां। थैंक यू। उन्हों का सवाल है कि जी जे आप 14 का प्रोटेस्ट कर रहे हैं कि साड़ी डिमांड है कि 15 भी ना मनाई जाए। हाँ जी 15 तरीक न भी ब्लैक डे है असी 14 ना कर रहे हैं क्यों करके सारे जबरदस्ती परेडा के बच्चों लेके जाया जाता है तो उदन प्रेस भी छुट्टी मना रही होंगी है तो असी आख्या एक दिन पहले ही कर दिए जिदे नाल साड़ी प्रेस देख सके लिख सके तो असी आस करते हैं कि प्रेस भी लिबरल होगी आजाद होगी तो जो जड़ियां गल्लां असी करते हैं जिवें मोदी साहब करते हैं तो रोज़ प्रेस के विच आउंदा है जिहड़ा मोदी साहब कदे पार्लीमेंट नहीं जाते तां भी प्रेस के विच आउंदा है साड़ी भी गल प्रेस के विच आउणी चाहीदी है। हाँ जी बीबी जी असी ब्लैक डे है साड़े लिए की जी दिल्ली ऑर्डिनेंस जो तो जी देखो ये फेडरलिज्म तो सारी खत्म करती है हूँ जो प्रेजिडेंट है वो जो पार्लीमेंट ओपन करने लिए जाते हैं उन्हां दी बग्गी हुंदी है बग्गी दे अगे वलैत तो मंगाए हुए घोड़े
वह उसनों खिंचते हैं। हूँ मैं तुम्हें दस रहा वो बग्गी दे अगे घोड़े ये जोड़े जाते हैं वो जिहड़ी लिद करते हैं ना हुण दिल्ली की सरकार नहीं चक सकती वह सेंटर की सरकार तो लेफ्टिनेंट गवर्नर साहब ही चकणगे इतों तक फर्क पै गया। दिल्ली की सरकार के हाथ दे विच है ही नहीं कुछ बिल्कुल उन्होंने खोखल कर दिता गया जिमें कश्मीर नूं खत्म कर दिता गया उहदी स्टेट रद्द कर दित्ती है यूनियन टेरिटरी बनाती है उस स्टेट नूं तोड़िया गया उत्थे असैंबली है नहीं सुप्रीम कोर्ट ते हाई कोर्ट बोलते ही नहीं। हुण किन्ने सालों बाद सुप्रीम कोर्ट ने जम्मू कश्मीर का केस लिया मेरा ख्याल 4 सालों बाद लिया ये तो हद हो गई है जी। हुण तुसीं कहोगे असीं लिखना नहीं सुप्रीम कोर्ट के खिलाफ तुसीं कह सकते हो सिमरनजीत सिंह मान ते दल खालसा ने कहा है कि साढ़े ते एक्शन ले लो जे जिहड़ा लेना है पर यह सच है कि सुप्रीम कोर्ट अगवाई नहीं कर रही गरीब ते घट गिनती दी। सिक्योरिटी तो जी इन्हां दी बहुत ज्यादा जदों भी देखो हुण NIA ने रेडा मारिया हरियाणे च भी सिखां दे उत्ते मारिया इत्थे पंजाब दे विच भी मारिया साडियां लिस्टां बनाईयां गईयां ते जे सिक्योरिटी ना होवे तो यह फिर रेडा कामयाब किवें हुंदियां इह तां इह वी बहाने है कि सानू तंग करी जाणा तंग करी जाणा। हुण जे इहो जी पॉलिसी हैगी है फिर असीं भी बड़े ढीठ है असीं भी फिर विरोध करी जावांगे कोई मेरा मतलब गल करन नूं है ही नहीं पार्लीमेंट नहीं चलन दिंदे जे पार्लीमेंट नूं भंग करता तो अगले इलेक्शन ही ना होए तो फिर मोदी सरकार तो यह फासिस्ट पार्लीमेंट नूं चलाऊगी बगैर इलेक्शन तो यह हो सकता है जिहदे नाल अज पार्लीमेंट चला नहीं रहे चला सकते है पर चला नहीं है। मैं सिखा नूं समझा सकदा है वो समझ गए है तो मैं वोटा भी पाते हैं पर घोड़े नूं जे पानी पिआउण लैके जाइए घोड़े की मर्जी हुंदी है पी ले ना पीए। सो वो जिहड़े MPs हैगे है राज्यसभा च भी हैगे है वो जदों मेरे खिलाफ बोलते ही नहीं तो यह मतलब उन्हां दी सहमति है। हाँ जी खालिस्तान की गल पार्लीमेंट कितनी बार रख पाए मौका मैं उत्थे रखिया पर मैनू बोलन नहीं दिंदे हैगे मेरे ते बिल्कुल पाबंदी है। हुण जिवें पार्लीमेंट फंक्शन करती है उत्थे टाइम दिता जांदा सारियां पार्टियां नूं ते सारियां पार्टियां दे विच वध गिनती मजोरिटी दी है साडे हिंदू वीरां दी है वह बोलदे है मेरी छोटी पार्टी है मैनूं टाइम नहीं दिता जांदा नहीं दिंदे। रिंकू जी नूं फिर यह कुछ ना कुछ स्पीकर दे अगे करना पिया वो तकड़े है उन्होंने मसल्स देखे कि तगड़े है फिर मेरा मतलब मैं हुण
78 साल का हो गया है, रिंकू जी का मुकाबला तो नहीं कर सकता है। ਇਹ ਬਹੁਤ ਸੋਹਣਾ ਸਵਾਲ ਹੈ ਕਿ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ। ਮੈਂ ਤਾਂ ਡੀ ਸੀ ਅੰਮ੍ਰਿਤਸਰ ਨੂੰ ਅਪਲਾਈ ਕੀਤਾ, ਡੀ ਸੀ ਅੰਮ੍ਰਿਤਸਰ ਨੇ ਕੇਸ ਮੇਰਾ ਪੰਜਾਬ ਗਵਰਨਮੈਂਟ ਕੋਲ ਭੇਜਿਆ, ਪੰਜਾਬ ਗਵਰਨਮੈਂਟ ਨੇ ਸੈਂਟਰ ਕੋਲ ਭੇਜਿਆ, ਪਰ ਮੈਨੂੰ ਅਜੇ ਇਜਾਜ਼ਤ ਨਹੀਂ ਮਿਲ ਰਹੀ ਜੀ। ਮੈਨੂੰ ਜਿਹੜਾ ਆਪਣਾ ਮਨੁਸਮ੍ਰਿਤੀ ਹੈ ਮੈਨੂੰ ਸ਼ੁੱਧਰ ਸਮਝਦੇ ਆ। ਹੁਣ ਸ਼ੁੱਧਰ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਚੀਜ਼ ਹੈ, ਇਜਾਜ਼ਤ ਨਹੀਂ ਦਿੰਦੇ ਬਾਬੂ ਜੀ ਮੈਨੂੰ। ਐਤਕੀ ਕੋਈ ਮੋਸ਼ਨ ਨਹੀਂ ਹੋਇਆ ਜੀ, ਬਿੱਲ ਵੀ ਜ਼ਬਰਦਸਤੀ ਪਾਸ ਵਿਦਆਊਟ ਡਿਬੇਟ ਹੋਏ ਹੈ ਜੀ। ਜਿੰਨੇ ਵੀ ਕਾਨੂੰਨ ਹੋਏ ਹੈ ਉਹਨਾਂ ਦੇ ਉੱਤੇ ਡਿਬੇਟ ਨਹੀਂ ਕਰ ਰਹੇ। ਪਰ ਕੋਈ ਬੋਲਿਆ ਹੀ ਨਹੀਂ ਜੀ, ਕਿਸੇ ਨੂੰ ਲਾਊ ਹੀ ਨਹੀਂ ਕਰਦੇ। ਤੁਸੀਂ ਮੇਰੀ ਟੇਪਸ ਦੇਖ ਲਓ ਜੇ ਰਿਕਾਰਡਡ ਹੈਗੀ ਹੈ, ਕਿ ਮੈਂ ਬਹੁਤ ਕੋਸ਼ਿਸ਼ ਕਰਦਾ ਬੋਲਣ ਦੀ। ਮੈਂ ਕਾਫੀ ਵਾਰੀ ਕੀਤੀ ਹੈ ਜੀ, ਹੁਣ ਮੈਨੂੰ ਇਹ ਤਾਂ ਨਹੀਂ ਪਤਾ ਕਿੰਨੀ ਵਾਰੀ ਕੀਤੀ ਹੈ। ਮੈਂ ਕੀਤੀ ਹੈਗੀ ਹੈ, ਮੈਨੂੰ ਜਦੋਂ ਦੇਖਦੇ ਹੈ। ਮੈਨੂੰ ਪਰਸੋਂ ਇੱਕ ਐਮ ਪੀ ਸਾਹਿਬ ਪੁੱਛਦਾ ਸੀ ਕਿ ਆਪਕਾ ਦੇਸ਼ ਕੌਣ ਹੈ, ਕੌਣ ਸੇ ਦੇਸ਼ ਹੈ। ਮੈਂ ਕਿਹਾ ਮੇਰਾ ਦੇਸ਼ ਹੈਗਾ ਇੰਡੀਆ ਵਿਦਆਊਟ ਭਾਰਤ। ਸੋ ਮੈਨੂੰ ਪੁੱਛਦੇ ਆ, ਮੈਂ ਦੱਸ ਦਿੰਦਾ ਜੀ ਕਿ ਮੈਂ ਇੰਡੀਆ ਤੋਂ ਹਾਂ ਪਰ ਭਾਰਤ ਤੋਂ ਨਹੀਂ ਹੈਗਾ। ਮੈਨੂੰ ਤਾਂ ਬੀਬੀ ਜੀ ਭਾਰਤ ਦਾ ਸਮਝ ਹੀ ਨਹੀਂ ਆਇਆ। ਮੈਂ ਪੜ੍ਹਿਆ ਲਿਖਿਆ ਬਹੁਤ ਹੈ, ਮੈਨੂੰ ਨਹੀਂ ਪਤਾ ਕਿ ਕੌਨਸਟੀਟਿਊਸ਼ਨ ਦੇ ਵਿੱਚ ਭਾਰਤ ਕਿਵੇਂ ਬਣਾਤਾ। ਹਾਂ ਮੈਂ ਤੁਹਾਨੂੰ ਦੱਸ ਤਾਂ ਦਿੱਤਾ ਕਿ ਪਾਰਲੀਮੈਂਟ ਨਹੀਂ ਚੱਲ ਰਹੀ, ਐਸ ਟੀ ਪੀ ਸੀ ਦੇ 12 ਸਾਲ ਤੋਂ ਇਲੈਕਸ਼ਨ ਨਹੀਂ ਹੋ ਰਹੇ। ਉਹਨਾਂ ਨੇ ਮੈਨੂੰ ਅਪਰੋਚ ਨਹੀਂ ਕੀਤਾ, ਨਾ ਸਰਕਾਰ ਨੇ ਕੀਤਾ। ਮੈਂ ਬਿਲਕੁਲ ਚੁੱਪ ਕਰਕੇ ਬੈਠਾ ਰਹਿੰਦਾ, ਦੇਖਦਾ ਰਹਿੰਦਾ, ਸੁਣਦਾ ਰਹਿੰਦਾ। ਹੁਣ ਜੇ ਮੈਨੂੰ ਪੁੱਛੇ ਹੀ ਨਾ ਤੇ ਮੈਂ ਉਹਨਾਂ ਦੇ ਕੱਚ 'ਚ ਵੜਦਾ, ਇਹ ਤਾਂ ਠੀਕ ਨਹੀਂ ਨਾ ਹੈ। ਮੈਂ ਸਮਝਿਆ ਨਹੀਂ ਜੀ, ਪਰ ਇਹ ਫਿਰ ਅਸੀਂ ਕਾਨੂੰਨ ਦੇ ਥੱਲੇ ਤਾਂ ਰਹਿੰਦੇ ਹਾਂ ਨਾ ਜੀ, ਫਿਰ ਸਾਨੂੰ ਜਵਾਬ ਤਾਂ ਦੇਣਾ ਪੈਂਦਾ ਜਦੋਂ ਸਾਨੂੰ ਪੁੱਛਿਆ ਜਾਂਦਾ। ਫਿਰ ਅਸੀਂ ਕੰਪਲੇਂਟ ਵੀ ਕਰਦੇ ਹਾਂ, ਰੋਸ ਵੀ ਕਰਦੇ ਹਾਂ, ਜਿਹੜਾ 14 ਤਰੀਕ ਨੂੰ ਕਰ ਰਹੇ ਹਾਂ। ਤੁਹਾਡੇ ਕੋਲ ਵੀ ਓਪਨਲੀ ਬੋਲ ਰਹੇ ਹਾਂ ਬਗੈਰ ਡਰ ਤੋਂ ਕਿ ਸਾਡੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ। ਚੁਕਾਉਣ ਦੀ ਗੱਲ ਹੋ ਰਹੀ ਹੈ, ਤੁਹਾਨੂੰ ਲੱਗਦਾ ਚੁਕਾਉਣਗੇ? ਇਹਦੇ ਬਾਰੇ ਮੈਨੂੰ ਜ਼ਿਆਦਾ ਇਲਮ ਨਹੀਂ ਹੈ ਜੀ,
पर डेमोक्रेटिक तरीके दे नाल वो मोर्चा चल रहा है तो कोई वजह नहीं है कि सरकार इसनों जबरन छका दे। एक होर जबर होगा सिख कौम के उत्ते जे वो जबरन छकाया गया वो होर कितने लग जूगा। जे सिख थोड़े रह जाते हैं ना, एक बाबा बोता सिंह गर्जा सिंह सुखा सिंह महताब सिंह जिंदा सिखा सिंह भाई बेअंत सिंह सुरंत सिंह केर सिंह ये थोड़ी सिख होंगे जी। जेड़े सरदार उधम सिंह हूँ 20 साल बाद सिख ने कुछ किया, सिख भुलते नहीं जिमें हाथी नहीं कदे भुलता सिख नहीं भुलते। असी है थोड़े हैं पर कम भी विचों विचों करी जाते हैं जी। मैं हिस्सा नहीं कदे लिया जी। कदी शुरुआत सतबीर बादल बारे बड़े तिखे हमले करते है जी। पहला सतबीर बादल दे बड़े तिखे हमले करते बाद च चुप कर गए। पहला दी गल होनी है जी, जब तक मैं एमपी बनया मैं तो नहीं किसी नूं कुछ कहा। जब तक मैं एमपी बनया मैं कीता कुछ मैं अखीर दे विच ही दसना चाहुंदा है कि अगली जिहड़ी प्राइम मिनिस्टर कॉमनवेल्थ प्राइम मिनिस्टर की मीटिंग होगी उहदे विच तुहानूं तीन प्राइम मिनिस्टर आउणगे जिन्हां ने अपनियां वोटियां नूं छड्ड दित्ता हैगा।